ਲੈ ਇੱਕ ਰੱਬ ਦੇ ਨਾਂ ਦੀ ਤਾੜੀ ਜ਼ਰੂਰ ਮਾਰ ਦਿਓ। ਧੰਨਵਾਦ। ਕਾਫੀ ਸਿੰਗਰਾਂ ਦੇ ਨਾਮ ਰਹਿ ਗਏ ਹੋਣੇ, ਮਾਫੀ ਚਾਹੁੰਦੇ ਹਾਂ। ਫਿਰ ਵੀ ਦੱਸਣ ਦੀ ਲਿਖਾਉਣ ਦੀ ਕੋਸ਼ਿਸ਼ ਕਰਨੀ, ਕੋਈ ਫਰਮਾਇਸ਼ ਹੈ ਤੁਹਾਡੀ ਸੈਕਟਰੀ ਸਾਹਿਬ ਨੂੰ ਨੋਟ ਕਰਵਾਇਓ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰਾਨਾ, ਬਹੁਤ ਬਹੁਤ ਵਧਾਈਆਂ ਲੜਕੇ ਵਾਲੇ ਪਰਿਵਾਰ ਨੂੰ ਔਰ ਲੜਕੀ ਵਾਲੇ ਪਰਿਵਾਰ। ਧੰਨਵਾਦ। ਲਓ ਜੀ, ਸਿਆਣੇ ਕਹਿੰਦੇ ਆ ਗੈਰ ਕਰੇ ਰੱਬ ਖੁਸ਼ੀਆਂ ਬਖਸ਼ ਹਰ ਇੱਕ ਨਗਰ, ਦੁੱਧ ਪੁੱਤ ਦੇ ਤੀਜੀ ਨੀਂਦ ਸੁੱਖਾਂ ਦੀ ਆਵੇ ਹਰ ਇੱਕ ਵੇਲੇ, ਪੂਜਾ ਪਾਠ ਤਪੱਸਿਆ ਕੀਤੀ ਲਾਉਂਦੀ ਰੱਬ ਦੇ ਨੇੜੇ, ਲਾਭ ਹੀਰੇ ਫਲ ਪਾ ਲੈਂਦੇ ਹੋ ਸੱਚੇ ਸਿੱਧ ਕੇ ਮਾਨ ਦੇ ਜਿਹੜੇ। ਕਹਿੰਦੇ ਉਸ ਮੁਰੀਦ ਨੇ ਕੀ ਲੈਣਾ, ਉਸ ਮੁਰੀਦ ਨੇ ਕੀ ਲੈਣਾ ਜਿਹਦਾ ਪੀਰ ਦੀ ਦੀਦ ਚ ਹੱਜ ਨਾ ਹੋਵੇ, ਤੇ ਉਸ ਸਖੀ ਦਾ ਕੀ ਮੰਗਣਾ ਜਿਹਨੇ ਦਿੱਤਿਆਂ ਗਰੀਬ ਦਾ ਹੱਜ ਨਾ ਹੋਵੇ। ਉਸ ਬੰਦੇ ਦਾ ਮੁੱਲ ਕੌਡੀ, ਉਸ ਮਰਦ ਦਾ ਮੁੱਲ ਕੌਡੀ ਜਿਹਨੂੰ ਕਾਣ ਸ਼ਰਮ ਤੇ ਲੱਜ ਨਾ ਹੋਵੇ। ਮੇਰੇ ਸਜਣੋ ਸਜਣੋ, ਛੱਡ ਦੇਈਏ ਜਿਹਨੂੰ ਪਿਆਰ ਕਰਨ ਦਾ ਲੱਜ ਨਾ ਹੋਵੇ। ਕਹਿੰਦੇ ਯਾਰ ਮਿਲੇ ਲੱਜਪਾਲ ਮਿਲੇ, ਉਹ ਯਾਰ ਮਿਲੇ ਲੱਜਪਾਲ ਮਿਲੇ, ਤਦ ਯਾਰੀ ਲਾਵਣ ਚਸ ਹੈ, ਕਾਫਰ ਹੈ ਜਿਹੜਾ ਲਾ ਕੇ ਯਾਰੀ ਪਿੱਛੋਂ ਆਖੇ ਸਾਡੀ ਤਾਂ ਬਸ ਹੈ। ਸਿਰ ਦਿੱਤਿਆਂ ਸਿਰ ਦਿੱਤਿਆਂ, ਜੇ ਯਾਰ ਮਿਲੇ ਤਾਂ ਸਿਰ ਦੇਵਣ ਕੀ ਕਸ ਹੈ, ਸਿਰ ਦੇਵੀ ਪਰ ਵਫਾ ਨਾ ਮੰਗੀ, ਕਿਸੇ ਸਿਆਣੇ ਸੱਜਣ ਦਾ ਬਸ ਹੈ। ਤੁਹਾਡਾ ਆਪਣਾ ਗੀਤ ਜੋ ਰਵਾਇਤੀ ਤੌਰ ਤੇ ਮੇਰਾ ਪਹਿਲਾ ਗਾਣਾ ਹੁੰਦਾ, ਕਾਫੀ ਹੁਣ ਬਦਲਾਅ ਆਉਂਦੇ ਜਾਂਦੇ ਆ, ਚਾਰ ਕੁ ਸਾਲ ਕੋਈ ਹੋਰ ਗਾਣਾ ਚੱਲਦਾ, ਫਿਰ ਚਾਰ ਕੁ ਸਾਲ ਕੋਈ ਹੋਰ ਥਾਂ ਮੰਨ ਲੈਂਦਾ, ਫਿਰ ਚਾਰ ਕੁ ਸਾਲ ਕੁਝ ਹੋਰ। ਇੰਨੀ ਕੁ ਹੀ ਮੇਰੀ ਉਮਰ ਹੈ, ਹਲੇ ਛੋਟੀ ਹੈ ਨਾ, ਛੋਟਾ ਜੀ ਮੇਰਾ ਕੱਦ ਹੈ। ਧੰਨਵਾਦ, ਬੜੀ ਮਿਹਰਬਾਨੀ।
Hey!
ਕਹਿੰਦਾ ਬੱਕਰੀ ਕਿਸੇ ਦੀ ਚੋਂ ਬਹਿ ਝਗੜਾ ਹੋਇਆ ਸੀ ਨਾਲ ਗਵਾਂਢੀਆਂ ਦੇ ਤੇ ਚੱਕੀ ਗਾਲਾਂ ਦੀ ਸਾਰੇ ਚੋਣ ਝਗੜਾ ਹੋਇਆ ਸੀ ਨਾਲ ਗਵਾਂਢੀਆਂ ਦੇ ਚੱਕੀ ਗਾਲਾਂ ਦੀ ਸਾਰੇ ਵਿੱਚ ਹੋਣ ਬਹਿ ਗਏ ਉਹ ਮੇਰੇ ਸਜਣੋ ਕੀ ਮਾਰਨਾ ਆਸ਼ਕਾਂ ਦਾ ਓਏ ਦਿੱਤੀ ਝਿੜਕਦੇ ਉੱਠ ਕੇ ਰੋਣ ਬਹਿ ਗਏ ਹੋ ਸਾਡੇ ਉੱਤੇ ਕਿਹੜੀ ਗੱਲ ਹੋ ਕਰ ਤੁਕਮਾਇਆ ਤੇਰੇ ਪਿਆਰ ਦੀ ਦਾ
ਛੋਟੀ ਮਾਨਸਾ ਤੋਂ ਸੱਜਣ ਆਏ ਸੀ ਬਾਈ ਪਰਮਜੀਤ ਹੋਰ, ਉਹਨਾਂ ਵੱਲ ਬਹੁਤ ਸਾਰਾ ਮਾਣ ਸਟਾਰਟ ਤੇ ਹੀ ਆ ਗਿਆ ਸੀ। ਹਾਂਜੀ ਚਿਮਨਾ ਮਾਨਸਾ ਜੀ, ਅੱਛਾ ਪਰਮਜੀਤ ਬੰਮਾ ਜੀ, ਉਹਨਾਂ ਵੱਲ ਬਹੁਤ ਸਾਰਾ ਮਾਣ ਆਇਆ ਸੀ। ਹਾਏ 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 ਹਾਏ
ਹਾਏ ਕਿ ਮੰਗਣਾ ਮਗਾਉਣਾ ਛੱਡਣਾ ਹਾਂ ਤੇ ਨਚਾਉਣਾ ਕਹਿੰਦੇ 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 ਕਹਿੰਦੇ
ਪਾਉਂਦੇ ਚਿੰਗੀ ਲਾਏ ਹੋਏ ਨੇ ਤੇਰੀ ਆਪਣੇ ਕੁਹਾੜ ਸਾਰੇ ਪਾਏ ਹੋਏ ਨੇ ਤੇਰੀ ਆਪਣੇ ਕੁਹਾੜ ਸਾਰੇ ਪਾਏ ਹੋਏ ਨੇ ਤੇਰੀ
ਮਿਹਰਬਾਨ। Good day.
ਔਰ ਬੁਲਟ ਤੇਰੇ ਦੀ ਦੁੱਗ ਦੁੱਗ ਵੇ ਬੜੀ ਲੱਗਦੀ ਪਿਆਰੀ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਸਰਦਾਰ ਅਮਰੀਤ ਸਿੰਘ ਜੀ ਥਾਣੇਦਾਰ ਸਾਹਿਬ ਔਰ ਸਰਦਾਰ ਦੀਪਿੰਦਰ ਸਿੰਘ ਜੀ, ਸਰਦਾਰ ਕੇਵਲ ਸਿੰਘ ਜੀ ਔਰ ਹਰਵਿੰਦਰ ਮਾਨ ਜੀ, ਕਜ਼ਨ ਅੰਮ੍ਰਿਤ ਮਾਨ, ਪੰਜਾਬੀ ਗਾਇਕ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ ਅੱਜ ਕੱਲ੍ਹ, ਪਊਏ ਜਿਹੜੇ ਕੱਦ ਵਾਲੀ ਅੰਮ੍ਰਿਤ ਮਾਨ ਜੀ, ਉਹਨਾਂ ਦੇ ਮਾਸੀ ਜੀ ਦੇ ਲੜਕੇ ਹਰਵਿੰਦਰ ਮਾਨ ਜੀ ਇੱਥੇ ਪਹੁੰਚੇ ਨੇ। ਆਉਣਾ ਅੰਮ੍ਰਿਤ ਮਾਨ ਜੀ ਨੇ ਵੀ ਸੀ, ਕੁਝ ਕੰਮ ਹੋਣ ਦੇ ਕਾਰਨ ਨਹੀਂ ਆ ਸਕੇ, ਔਰ ਹਰਵਿੰਦਰ ਮਾਨ ਜੀ ਆਏ ਨੇ, ਜੀ ਐਨ ਜੀ ਔਰ ਕੇਵਲ ਸਿੰਘ ਜੀ ਉਹਨਾਂ ਦੇ ਨਾਲ ਨੇ, ਦੀਪਿੰਦਰ ਸਿੰਘ ਜੀ, ਸਰਦਾਰ ਅੰਗਰੇਜ਼ ਸਿੰਘ ਜੀ ਸਾਹਮਣੇ ਬੈਠੇ ਨੇ, ਔਰ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ, ਔਰ ਫਰਮਾਇਸ਼ਾਂ ਵੀ ਨੇ, ਜ਼ਰੂਰ ਹਾਜ਼ਰ ਹੋਣਗੀਆਂ ਜੀ। ਲਓ ਜ਼ਿਆਦਾ ਸਮਾਂ ਲੈਂਦੇ ਹੋਏ ਤੁਹਾਡੇ ਆਪਣੇ ਗਾਇਕ ਤੁਹਾਡੀਆਂ ਫਰਮਾਇਸ਼ਾਂ ਲੈ ਕੇ ਜਨਾਬ ਲਾਭ ਹੀਰਾ ਜੀ। ਹਾਂਜੀ ਸ਼ੁਕਰੀਆ। ਅੱਜ ਮੇਰੇ ਕਲਾਕਾਰ ਭਰਾਵਾਂ ਦੇ ਪਰਿਵਾਰ ਵੀ ਬਹੁਤ ਇੱਥੇ ਵਿਰਾਜਮਾਨ ਨੇ, ਆਏ ਹੋਏ ਆ ਜੀ ਆਇਆਂ ਨੂੰ ਬੜੀ ਖੁਸ਼ੀ ਹੋਈ ਹੈ, ਬੜੀ ਹਰਮਨ ਪਿਆਰੀ ਆਵਾਜ਼ ਸਾਡੇ ਵੀਰ ਹਰਦੇਵ ਮਾਹੀ ਨਗਰ ਜੀ ਜਿੱਥੇ ਵੀ ਬੈਠੇ ਆਵਾਜ਼ ਨੂੰ ਸੁਣ ਰਹੇ ਆ। ਆਏ ਨੀ ਭੁਲੇਖਾ ਪਾ ਤਾ ਔਰ ਸਾਡੇ ਵੀਰ ਅੰਮ੍ਰਿਤ ਮਾਨ ਜੀ ਪੰਜਾਬ ਦੀ ਬੁਲੰਦ ਆਵਾਜ਼, ਪੰਜਾਬ ਦਾ ਪਸੰਦੀਦਾ ਕਲਾਕਾਰ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਦੁਨੀਆਂ ਦਾ, ਸਮੁੱਚੀ ਪੰਜਾਬੀਅਤ ਦਾ, ਉਸ ਪਰਿਵਾਰ ਤੋਂ ਵੀ ਆਏ ਨੇ ਬਾਈ ਹਰਵਿੰਦਰ ਮਾਨ ਜੀ, ਹੋਰ ਨਾਮ ਸੀਗੇ ਬਾਈ ਸਾਡੇ ਥਾਣੇਦਾਰ ਸਾਹਿਬ ਅੰਗਰੇਜ਼ ਸਿੰਘ ਜੀ ਮਹਿਫਲ ਦੇ ਵਿੱਚ ਬੈਠੇ, ਬਾਈ ਦੀਪਿੰਦਰ ਸਿੰਘ ਜੀ, ਬਾਈ ਸਰਦਾਰ ਕੇਵਲ ਸਿੰਘ ਜੀ, ਅਕਲੀਆ ਹਰਵਿੰਦਰ ਮਾਨ ਜੀ, ਕਜ਼ਨ ਉਹਨਾਂ ਦੇ ਕਜ਼ਨ ਬ੍ਰਦਰ ਅੰਮ੍ਰਿਤ ਮਾਨ ਜੀ, ਮਾਨਯੋਗ ਗੁਰਦੀਪ ਸਿੰਘ ਜੀ ਸੰਧੂ ਸਾਹਿਬ ਸਰਦੂਲਗੜ੍ਹ ਵੱਲੋਂ, ਯੋਗ ਭਲਾਈ ਸਪੋਰਟਸ ਕਲੱਬ, ਇਹ ਸੇਖ ਹੈ ਕਿ ਸੇਖੂ ਹੈ, ਦਵੈਂਕੜ ਲਾਉਣੇ ਭੁੱਲ ਗਏ, ਵੰਝ ਬਰਾਬਰ ਕੱਢਾਂਗੇ, ਬੜੀ ਮਿਹਰਬਾਨੀ ਇਹਨਾਂ ਦੀ, ਫਰਮਾਇਸ਼ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਾਈ ਜਗਸੀਰ ਜੀ ਹੋਰ ਹੀ ਬੈਠੇ ਹੈ, ਠੀਕ ਹੋ, ਵਾਹਿਗੁਰੂ, ਭਿੱਖੀ ਵਾਲੇ ਬੈਠੇ ਸਾਡੇ ਵੀਰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਲਓ ਤੁਹਾਡੀ ਫਰਮਾਇਸ਼ ਹੈ, ਵੰਝ ਬਰਾਬਰ ਕੱਢਾਂਗੇ, ਸੁਣਨਾ ਜੀ, ਇਹ ਤਾਂ ਤਰੋ ਤਾਜ਼ਾ ਹੀ ਹੈ, ਚੱਤੋ ਪੈਰ ਗਾਣਾ ਤੁਹਾਨੂੰ ਪਤਾ ਹੀ ਹੈ, ਅਰਜ਼ ਕਰ ਰਿਹਾ, ਉਸ ਤੋਂ ਬਾਅਦ ਬਾਈ ਹੋਣ ਦੀਆਂ ਫਰਮਾਇਸ਼ਾਂ ਵੀਰ ਜੀ ਹੋਰਾਂ ਦੀਆਂ। ਮਹਿੰਗੀ ਪੈ ਗਈ ਪਹਿਲੀ ਤੱਕਣੀ ਤੇਰੀ ਯਾਦ ਨੇ ਫਕੀਰ ਬਣਾਇਆ, ਉਹਦੇ ਨਾਲ ਹੀ ਇਹਨਾਂ ਦੀ ਫਰਮਾਇਸ਼ ਹੈ, ਕੋਈ ਜਿਗਰੇ ਵਾਲੇ ਰੱਖ ਸਕਦਾ ਵੇ ਤੀਵੀਂ ਚੋਰੀ ਦੀ, ਕਿਹਾ ਵਾਹ, ਮਿਹਰਬਾਨੀ, ਵਾਹ ਵਾਹ, ਸ਼ੁਕਰੀਆ, ਧੰਨਵਾਦ ਤੁਹਾਡੀਆਂ ਫਰਮਾਇਸ਼ਾਂ। ਆਓ ਪਹਿਲਾਂ ਵੰਝ ਦੇਖਦੇ ਮੁਖ ਮਾਰ ਲਿਆ,
ਪਿੰਡ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਸ਼੍ਰੀ ਨਰਿੰਦਰਪਾਲ ਜੀ ਵੜਿੰਗ ਸਾਹਿਬ, ਐਸ ਪੀ ਡੀ ਸਾਹਿਬ ਮਾਨਸਾ ਪੁੱਜੇ, ਸਵਾਗਤ ਕਰਦੇ ਹਾਂ ਜੀ। ਐਂ ਕਹਿੰਦੇ ਜੀ ਸੰਗੀਤ ਗਰੁੱਪ ਵੱਲੋਂ ਔਰ ਸਾਰੇ ਹੀ ਪਰਿਵਾਰ ਵੱਲੋਂ, ਉਹਨਾਂ ਨਾਲ ਸਾਡੇ ਵੀਰ ਬਿਰਾਜਮਾਨ ਨੇ, ਬਾਈ ਅੰਗਰੇਜ਼ ਸਿੰਘ ਜੀ, ਸਾਡੇ ਠਾਣੇਦਾਰ ਸਾਹਿਬ, ਉਹਨਾਂ ਨਾਲ ਹੋਰ ਵੀ ਸੱਜਣ ਬੈਠੇ ਆ, ਸਰਦਾਰ ਕੁਲਵੰਤ ਸਿੰਘ ਜੀ ਸਮਾਨ ਸਾਹਿਬ, ਸਭ ਦਾ ਸਵਾਗਤ ਹੈ ਜੀ। ਬੜੀ ਮਿਹਰਬਾਨੀ, ਸੱਜਣਾਂ ਵੱਲੋਂ ਫਰਮਾਇਸ਼ ਕੀਤੀ ਗਈ ਸੀ, ਮਹਿੰਦੀ ਪੈ ਗਈ ਪਹਿਲੀ ਤੱਕਣੀ ਤੇਰੀ ਯਾਦ ਨੇ ਫਕੀਰ ਬਣਾਇਆ ਸੋਨਾ ਦਾ, ਆਪਣੇ ਬਿਲਕੁਲ ਪਿਓਰ ਪੇਂਡੂ ਲਫ਼ਜ਼ ਨੇ ਇਹ, ਤੇ ਦਰਦ ਵੀ ਇਹ ਸੱਚਾ ਤੇ ਸੁੱਚੇ ਹੀ ਸੁਣਨ। ਹਾਂਜੀ ਖਾਲਸਾ, ਠੀਕ ਰਹਿੰਦਾ ਪਿਆ ਭਾ, ਹੁੰਦਾ ਨੀ ਕੁਛ ਉਹਨਾਂ ਵੱਲ। ਬਹੁਤ ਸਾਰਾ ਪਾਰ ਮਿੱਠੂ ਖਾਨ ਜੀ ਸਾਡੇ ਵੀਰ ਹੈ, ਸਪੈਸ਼ਲ ਤੌਰ ਤੇ ਸਵਾ 2100 ਰੁਪਏ ਦਾ ਮਾਣ ਕਰਦੇ ਨੇ ਚਾਹੀਦੇ ਮਿੱਠੂ ਖਾਨ ਸਾਹਿਬ, ਠੇਕੇਦਾਰ ਸਾਹਿਬ। ਵੈਸੇ ਤੁਹਾਡੀ ਫਰਮਾਇਸ਼ ਹੈ, ਬਹੁਤ ਮਿਹਰਬਾਨੀ ਬਾਬਾ, ਸ਼ੁਕਰੀਆ। ਕਹਿੰਦੇ ਜਦੋਂ ਸਾਡੇ ਸਹਿਮਾਨ ਪਹੁੰਚਦੇ ਤਾਂ ਕੁਛ ਹੋਰ ਕੋਈ ਦੇਸ਼ ਭਗਤੀ ਹੋਣੀ ਚਾਹੀਦੀ, ਗੱਲ ਕਰੋ ਅੰਦਰੀ, ਮਹਿਫਲ ਕੁਛ ਹੋਰ ਹੈ। ਸਾਹਿਬ ਜੀ ਤੋਂ ਮਾਫੀ ਚਾਹੁੰਦਾ, ਬਹੁਤ ਮਿਹਰਬਾਨੀ, ਨਮਸਕਾਰ ਸਾਹਿਬ ਜੀ, ਆਇਆਂ ਜੀ ਸਵਾਗਤ ਹੈ। ਜਦੋਂ ਪਹਿਲੀ ਵਾਰ ਤੈਨੂੰ ਤੱਕਿਆ ਸੀ ਤੇਰੇ ਨੈਣਾਂ ਦੀ ਮਿੱਠੀ ਮੁਸਕਾਨ, ਮੁਲਾਕਾਤ ਜਦੋਂ ਦੂਜੀ ਵਾਰ ਹੋਈ ਨੀ ਤੇਰੀ ਜ਼ੁਲਫਾਂ ਦੀ ਠੰਡੀ, ਤੀਜੀ ਵਾਰ ਜਦੋਂ ਕਸਮਾਂ ਦੀ ਰਸਮ ਹੋਈ ਨੀ ਤੇਰੇ ਮੂੰਹ ਦੀ ਮਿੱਠੜੀ ਛਾ ਨੇ ਮਾਰਿਆ, ਚੌਥੀ ਵਾਰ ਦੀ ਮਿਲਣ ਦੀ ਕੀ ਗੱਲ ਦੱਸਾਂ, ਉਸੇ ਮੂੰਹ ਚੋਂ ਨਿਕਲੀ ਛਾ ਨੇ ਮਾਰਿਆ, ਲੱਟ ਗਏ
ਮੈਂ ਤਾਂ